ਇੱਕ ਵਾਰ ਇੱਕ ਭਿਖਾਰੀ ਕਾਰ 'ਚ ਬੈਠੀ ਜਨਾਨੀ ਨੂੰ ਆ ਕੇ ਕਹਿੰਦਾ ਕਹਿੰਦਾ ਮੈਡਮ 10 ਰੁਪਏ ਤਾਂ ਦੇ ਦਿਓ ਜੀ। ਜਨਾਨੀ ਜਦੇ ਉਹਨੂੰ ਕੱਢ ਕੇ 10 ਦਾ ਨੋਟ ਫੜਾ ਦਿੰਦੀ ਆ, ਅਤੇ ਅੱਗੇ ਉਹ ਭਿਖਾਰੀ ਜਾਣ ਲੱਗਦਾ ਅਤੇ ਜਨਾਨੀ ਉਹਨੂੰ ਕਹਿੰਦੀ ਆ ਕਹਿੰਦੀ ਬਾਬਾ ਜਾਂਦਾ ਜਾਂਦਾ ਦੁਆਵਾਂ ਤਾਂ ਦੇ ਕੇ ਜਾ। ਉਹ ਭਿਖਾਰੀ ਉਹਨੂੰ ਬੋਲਦਾ ਕਹਿੰਦਾ ਹੁਣ ਕਾਰ 'ਚ ਤਾਂ ਬੈਠੀ ਹਾਂ, ਹੋਰ ਕੀ ਰਾਕਟ 'ਚ ਬਿਠਾਵਾਂ। ਇੱਕ ਵਾਰ ਇੱਕ ਅਧਿਆਪਕ ਕਲਾਸ ਦੇ ਵਿੱਚ ਬੱਚਿਆਂ ਨੂੰ ਪੁੱਛਦਾ ਕਹਿੰਦਾ ਬੱਚਿਓ ਮਹਾਤਮਾ ਗਾਂਧੀ ਕੌਣ ਸੀ? ਇੱਕ ਸ਼ਰਾਰਤੀ ਜਿਹਾ ਬੱਚਾ ਖੜਾ ਹੋ ਗਿਆ ਕਹਿੰਦਾ ਕਹਿੰਦਾ ਜੀ ਆਪਣੀ ਕਲਾਸ 'ਚ ਤਾਂ ਇਸ ਨਾਮ ਦਾ ਕੋਈ ਹੈ ਨਹੀਂ, ਉੱਧਰ ਨਾਲ ਦੇ ਸੈਕਸ਼ਨ 'ਚ ਜ਼ਰੂਰ ਹੋ ਸਕਦਾ। ਇੱਕ ਵਾਰ ਕਿਸੇ ਜੱਟ ਦੇ ਮੁੰਡੇ ਨੇ ਜਦੋਂ ਬਹੁਤ ਦਿਨਾਂ ਬਾਅਦ ਕਿਤਾਬ ਚੱਕੀ ਤਾਂ ਉਹਨੂੰ ਕਈ ਰਾਜ ਪਤਾ ਲੱਗੇ, ਜਿਵੇਂ ਕਿ ਆਹ ਵੀ ਨਹੀਂ ਆਉਂਦਾ, ਆਹ ਵੀ ਨਹੀਂ ਆਉਂਦਾ, ਆਹ ਤਾਂ ਪਹਿਲੀ ਵਾਰੀ ਪੜ੍ਹ ਰਿਹਾ। ਹਾਂ ਅੱਛਾ ਆਹ ਵੀ ਵਿੱਚ ਆ। ਇੱਕ ਵਾਰ ਇੱਕ ਡਾਕਟਰ ਕਿਸੇ ਬੰਦੇ ਨੂੰ ਕਹਿੰਦਾ ਕਹਿੰਦਾ ਜੇ ਤੁਸੀਂ ਇਹ ਮਰੀਜ਼ ਘੰਟਾ ਪਹਿਲਾਂ ਲਿਆਂਦਾ ਹੁੰਦਾ ਨਾ ਤਾਂ ਇਹਨੂੰ ਮੈਂ ਬਚਾ ਲੈਂਦਾ। ਅੱਗੇ ਉਹ ਬੰਦਾ ਕਹਿੰਦਾ ਕਹਿੰਦਾ ਤੇਰੇ ਫੁੱਫੜ ਨੂੰ ਘੰਟਾ ਪਹਿਲਾਂ ਮੈਂ ਲੈ ਕੇ ਕਿਵੇਂ ਆਉਂਦਾ, ਇਹਦਾ ਐਕਸੀਡੈਂਟ ਤਾਂ 10 ਮਿੰਟ ਪਹਿਲਾਂ ਹੋਇਆ। ਕਹਿੰਦੇ ਇੱਕ ਵਾਰ ਕੋਈ ਗੋਰਾ ਪੰਜਾਬ ਦੇ ਵਿੱਚ ਪੰਜਾਬੀ ਸਿੱਖਣ ਆਇਆ ਅਤੇ 15 ਦਿਨ ਪੂਰਾ ਸਿੱਖਣ ਤੋਂ ਬਾਅਦ ਉਹ ਸਿਰਫ 2 ਗੱਲਾਂ ਸਿੱਖਿਆ, ਜਿਹਦੇ ਵਿੱਚੋਂ ਪਹਿਲੀ ਸੀ ਉਹ ਸ਼ੁਕਰ ਆ ਉਹ ਰੱਬਾ ਲਾਈਟ ਆ ਗਈ, ਅਤੇ ਦੂਜੀ ਸੀ ਉਹ ਮੇਰੇ ਸਾਲੇ ਦੀ ਫੇਰ ਭੱਜ ਗਈ। ਲਓ ਜੀ ਕਿਸੇ ਸਿਆਣੇ ਸ਼ਰਾਬੀ ਦਾ ਕਹਿਣਾ ਕਿ ਦਾਰੂ ਸਾਲੀ ਕਿੰਨੀ ਮਰਜ਼ੀ ਬ੍ਰਾਂਡਡ ਪੀ ਲਓ ਕੋਈ ਫਾਇਦਾ ਨਹੀਂ, ਕਿਉਂਕਿ ਘਰਦਿਆਂ ਨੇ ਕੋਈ ਗੱਲ ਕਹਿਣੀ ਆ, ਅੱਜ ਫੇਰ ਆ ਗਿਆ ਮੂੰਹ ਤੋਂ ਪੀ ਕੇ। ਇੱਕ ਵਾਰ ਇੱਕ ਨਿਊਜ਼ ਰਿਪੋਰਟਰ ਕਿਸੇ ਜ਼ਖਮੀ ਹੋਏ ਬੰਦੇ ਨੂੰ ਕਹਿੰਦਾ ਕਹਿੰਦਾ ਭਾਅ ਜੀ ਬੰਬ ਕਿੰਨੇ ਕੁ ਜ਼ੋਰ ਦੀ ਫਟਿਆ ਸੀ? ਅੱਗੇ ਉਹ ਬੰਦਾ ਅੱਕਿਆ ਹੋਇਆ ਉਹਨੂੰ ਕਹਿੰਦਾ ਕਹਿੰਦਾ ਨਾ ਨਾ ਜ਼ੋਰ ਦੀ ਕਾਹਨੂੰ ਫਟਿਆ ਸੀ, ਪਹਿਲਾਂ ਤਾਂ ਰੁੜਦਾ ਰੁੜਦਾ ਮੇਰੇ ਕੋਲ ਆਇਆ, ਫਿਰ ਮੇਰੇ ਕੋਲ ਜਾ ਕੇ ਕਹਿੰਦਾ ਠਾ। ਕਹਿੰਦੇ ਪੂਰੀ ਦੁਨੀਆ 'ਚ ਬਈ ਭਾਰਤ ਇੱਕ ਇਹੋ ਜਿਹਾ ਦੇਸ਼ ਹੈ ਜਿੱਥੇ ਦੀਵਾਰ 'ਤੇ ਲਿਖ ਕੇ ਦੱਸਿਆ ਜਾਂਦਾ ਕਿ ਇਸ ਦੀਵਾਰ 'ਤੇ ਲਿਖਣਾ ਮਨ੍ਹਾ ਹੈ। ਕਹਿੰਦੇ ਜ਼ਿੰਦਗੀ 'ਚ ਕੋਈ ਵੀ ਕੰਮ ਇਸ ਤਰੀਕੇ ਨਾਲ ਕਰੋ ਕਿ ਜਦੋਂ ਦੂਜੀ ਵਾਰ ਕਰਨ ਲੱਗੋ ਤਾਂ ਕੋਈ ਨਾ ਕੋਈ ਬੰਦਾ ਆ ਕੇ ਕਹਿੰਦੇ ਤੂੰ ਰਹਿ ਨਹੀਂ ਦੇ ਯਾਰ ਮੈਂ ਆਪ ਹੀ ਕਰ ਦਿੰਦਾ।